ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋਂ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਹੜਕਲਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਬਗੀਚੇ ਭਾਅ ਜੀ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ, ਇੱਕ ਗੱਭਣ ਆ, ਇੱਕ ਤਾਜ਼ੀ ਸੂਈ ਆ ਅਤੇ ਇੱਕ ਧੋਕੜ ਗੱਭਣ ਆ। ਤਿੰਨੇ ਵੱਖਰੀ ਵੱਖਰੀ ਵਰਾਇਟੀ ਦੀਆਂ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ। ਚੜ੍ਹਦੀ ਕਲਾ ਜੀ। ਚਲੋ ਵਧੀਆ, ਚੜ੍ਹਦੀ ਕਲਾ ਹੀ ਚਾਹੀਦੀ ਆ। ਅਤੇ ਅੱਗੇ ਤਾਂ ਇੱਥੇ ਖਲੋਣ ਦੀ ਵੀ ਜਗ੍ਹਾ ਨਹੀਂ ਲੱਭਦੀ ਹੁੰਦੀ, ਡੰਗਰ ਬੰਨਣ ਦੀ ਵੀ ਜਗ੍ਹਾ ਨਹੀਂ, ਤੇ ਅੱਜ ਭਾਵੇਂ ਇੱਥੇ ਬੈਟ ਬਾਲ ਖੇਡ ਲਓ। ਅੱਗੇ ਇਹ ਗੱਲ ਚੱਲਣ ਡਈ, ਮੇਰਾ ਮੁੰਡਾ ਨਹੀਂ ਨਿਕਾ ਜਾ ਮਨਜੋਤ ਆਪਣਾ। ਹਾਂਜੀ ਹਾਂਜੀ, ਮੈਨੂੰ ਸਵੇਰੇ ਸਵਖਤੇ ਇਹਦਾ ਡੈਡੀ, ਹੁਣ ਤੂੰ ਨਾ ਡੰਗਰ ਮੰਨ ਲਾ ਦੋ ਤੇ ਨਹੀਂ ਪਾਉਣ ਡਿਆ ਪਿਆ ਹੈ। ਹਾਂਜੀ, ਤੇ ਸਾਡੀ ਨਾ ਹੁਣ ਵੀਡੀਓ ਇਦਾਂ ਬੰਦ ਹੁੰਦੀ ਜਾਣੀ ਆਪਦੀ। ਅੱਛਾ, ਮੈਂ ਕਿਹਾ ਵੀ ਨਹੀਂ ਪੁੱਤ ਹੁੰਦੀ, ਹੁਣ ਮਾਲ ਵਿਕ ਜਾਂਦਾ ਹੁੰਦੇ, ਮੈਂ ਕੀ ਕਰਾਂ। ਠੀਕ ਆ, ਤੁਹਾਡੇ ਸਾਹਮਣੇ ਅਰਪੀਤ ਭਾਜੀ, ਤੁਹਾਨੂੰ ਪਤਾ ਹੁਣ ਵੀ ਆ ਤੁਹਾਡੇ ਸਾਹਮਣੇ ਗੱਡੀ ਲੱਦ ਕੇ ਖੜੀ ਆ, ਬਲੈਰੋ ਗੱਡੀ ਹੋਣੀ ਤੁਹਾਡੀ। ਉਹ ਕਿੱਥੋਂ ਆਈ ਸੀ? ਉਹ ਬਠਿੰਡੇ ਆਏ ਸੀ। ਅੱਛਾ, ਤਿੰਨ ਇਹ ਲੈ ਕੇ ਜੀ। ਅੱਛਾ, ਵੀਡੀਓ ਵਾਸਤੇ ਆਈ ਹੋਈ। ਠੀਕ ਆ, ਤੇ ਦੋ ਸਵੇਰੇ ਸਵਖਤੇ ਵੈੜਾ 4 ਵਜੇ ਆਪਣੇ ਕੋਲ ਚੱਲਦੀਆਂ ਜੀ। ਠੀਕ ਆ, ਡੰਗਰ ਮੰਨ ਲਓ ਆਪਣੇ ਕੋਲ 7-8 ਹੁੰਦੇ ਆ। ਠੀਕ ਆ, ਪਰ ਇਹ ਆ ਵੀ ਵੀਡੀਓ ਜੋਗੇ ਖੜਨੇ, ਪਰ ਸਾਰੇ ਵੇਚਣ ਵਾਲੇ ਦੇ, ਸਾਰੇ ਵੇਚਣ ਵਾਲੇ ਦੇ ਖੜਨ। ਹੁਣ ਇਹ ਵੀ ਜਿਹੜੇ ਆਏ ਸੀ ਉਹ ਮਿਲੇ ਸੀ, ਉਹ ਵੀ ਕਹਿੰਦੇ ਸੀ ਵੇਚਣ ਲਈ ਅਸੀਂ ਖੜਨੇ। ਉਹ ਕਹਿੰਦਾ ਵੀ ਡੈਡੀ ਨਾ ਦਿਆ ਕਰ, ਤੂੰ ਵੀਡੀਓ 'ਚ ਪਾ ਕੇ ਵੇਚਿਆ ਕਰ ਡੰਗਰ। ਤੇ ਮੈਂ ਕਿਹਾ ਚੱਲ ਪੁੱਤ ਆਪਾਂ ਮਾਲਾ ਕਮਾਈ ਕਰਨੀ ਆ। ਹਾਂਜੀ ਹਾਂਜੀ, ਤੇ ਮੈਂ ਵੀਡੀਓ ਵੀ ਪਾ ਹੀ ਦੇਈਦੀ ਹਾਂ। ਆਹ ਵੀਡੀਓ ਦਾ ਵੀ ਚਲੋ ਕਿਹੜਾ ਨਾਗਾ ਪੈਣ ਦਿਆ, 2 ਰੁਪਏ ਇੱਕ ਵੀ ਹੋਏ ਉਹਦੇ ਪੋਣੀ ਪੋਣੀ। ਹਾਂਜੀ ਹਾਂਜੀ ਹਾਂਜੀ, ਹੋਰ ਪਰ ਕੋਈ ਨਹੀਂ ਅਰਪੀ, ਹੁਣ ਗਾਂ ਤੋਂ ਨਾ ਆਪਾਂ ਠੀਕ ਆ 8-8 ਡੰਗਰਾਂ ਦੀ ਇਕੱਠੀ ਪਾਇਆ ਕਰਾਂਗੇ। ਠੀਕ ਆ, ਤੇ ਵੈਰਾਇਟੀ ਸਾਰੀ ਪਾਇਆ ਕਰੀਏ, ਵੱਡੇ ਛੋਟੇ ਪਾ। ਹੁਣ ਵੀ ਤੁਹਾਨੂੰ ਸੱਚੀ ਦੱਸ ਦਿੰਨਾ, ਆ ਜਿਹੜੀ ਝੋਟੀ ਆਈ ਹੁਣੇ, ਹਾਂਜੀ ਇਹ ਵੀ ਬੰਦੇ ਮੰਗਣ ਡਏ ਆ। ਠੀਕ ਆ, ਉਹ ਵੀ ਝੋਟੀ ਬੰਦੇ ਮੰਗਣ ਡਏ। ਠੀਕ ਆ, ਮੈਂ ਕਿਹਾ ਪਰ ਨਹੀਂ ਆਪਾਂ ਵੀਡੀਓ 'ਚ ਪਾ ਕੇ ਤੇ ਫਿਰ। ਠੀਕ, ਚਲੋ ਨਾਮ ਦੱਸ ਦੇ। ਮੇਰਾ ਭਾਜੀ ਬਗੀਚਾ ਸਿੰਘ ਜੀ, ਹਾਂਜੀ, ਪਿੰਡ ਹਰੜ ਕਲਾਂ, ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ। ਤੇ ਫੋਨ ਨੰਬਰ ਹੀ ਬੋਲ ਦੇ। 923-24 ਦੱਸੋ। ਠੀਕ ਆ, ਪਹਿਲਾਂ ਗੱਬਨ ਵਿਖਾ ਦਈਏ, ਫਿਰ ਗੱਬਨ ਝੋਟੀ ਵਿਖਾ ਦਿਓ। ਦੂਜਾ ਇਧਰੋਂ ਸ਼ੁਰੂ ਕਰੀਏ ਆਪਾਂ। ਤੇ ਕਿੰਨਾ ਕੁ ਲਾਜੂ ਟਾਈਮ? ਟਾਈਮ ਤੇ 10 ਦਿਨ ਹੈਗੇ ਜੀ। ਅੱਛਾ, ਬਣੂ ਬੜੀ, ਆਪਣੇ ਰਿਸ਼ਤੇਦਾਰਾਂ ਕੋਲ ਝੋਟੀ ਆਈ ਹੈ। ਠੀਕ ਆ, ਪਹਿਲੇ ਸੂਹੇ 12 ਕਿਲੋ ਉਹਨਾਂ ਦੁੱਧ ਦਿੱਤਾ ਝੋਟੀ ਨੇ। ਤੇ ਐਰਕੀ ਕਿੰਨਾ ਕੁ ਚਵਾਈ ਜਾਊ? 13-14 ਕਿਲੋ ਆਰਾਮ ਨਾਲ ਝੋਟੀ ਦੁੱਧ ਦਊਗੀ, ਜਦੋਂ ਬੰਦੀ ਬੜੀ ਹੁੰਦੀ ਹੈ, ਵੇਖੀ ਵਿਖਾਈ ਹੈ, ਚੁਈ ਚਵਾਈ ਝੋਟੀ ਨੇ। ਠੀਕ ਆ, ਹਾਂਜੀ ਤੋਰੋ ਹਾਂ ਫਿਰ ਇੱਕ ਵਾਰੀ। ਮੈਂ ਕੋਈ ਸੰਗਲ ਨੂੰ ਨਹੀਂ, ਮੈਂ ਲਾ ਕੇ ਚੱਬੂ ਹੀ ਪਾਇਆ ਜੀ। ਥੋੜਾ ਡਰਦੀ ਡਰਦੀ ਆ, ਬਾਕੀ ਥੱਲਿਓ ਬੜੀ ਸਫਾਈ 'ਚ ਤਿਆਰ ਹੁੰਦੀ ਹੈ, ਚੰਗੇ ਕੱਦ ਕੱਟਦੀ ਆ ਅਤੇ ਚੰਗੇ ਪਿੱਠ ਪੁੜੇਦੀ ਆ ਜੀ। ਬੰਦ ਬੰਦ ਅਤੇ ਬਾਕੀ ਥੱਲਿਆਂ ਦੇ ਵਿੱਚ ਚੰਗੀ ਤਿਆਰ ਹੁੰਦੀ ਹੈ ਨਾ ਭਾਜੀ, ਤੁਸੀਂ ਵੇਖ ਲਿਓ ਵੀ ਹਫਤੇ ਤੱਕ ਬਲੈਵਲ ਗਾਂ ਹੀ ਆ ਸਾਨੂੰ। ਠੀਕ ਆ, ਇਹਨਾਂ ਰਹਿੰਦੀਆਂ ਖੁੱਲੀਆਂ ਸੀ, ਸਾਰਾ ਮਾਲ ਹੀ ਖੁੱਲਾ ਰਹਿੰਦਾ ਹੈ। ਠੀਕ ਆ, ਹਾਂਜੀ ਇਹ ਡਰਦੀ ਜੇ ਥੋੜਾ ਜਿਹਾ। ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ? ਮੁੱਲ ਭਾਜੀ ਹਰ ਵੀ ਜਿੱਦਾਂ ਦੀ ਝੋਟੀ ਆ, ਮੁੱਲ ਇਹਦਾ 95 ਕਰ ਦਗੇ। ਅੱਛਾ, ਨਹੀਂ ਵੇਖ ਲਓ ਜਦੋਂ ਦੀ ਚੰਗੀ ਲੱਗਦੀ 90 ਦੇ ਦਈਏ। ਨਹੀਂ 90 ਦੀ ਨਾ ਦਈਏ, ਹੁਣ ਮੇਲੇ ਮੁੱਲੇ ਦਾ ਕੰਮ। ਤੁਸੀਂ ਨਹੀਂ ਜਾਣਾ ਮੇਲੇ ਫਿਰ? ਜਾਣਾ ਭਾਜੀ। ਅੱਛਾ, ਤੇ ਫਿਰ ਵੀਡੀਓ ਫਿਰ ਵੀਡੀਓ ਫਿਰ ਇੱਕ ਅੱਧੀ ਮਿਸ ਹੋਣੀ ਆਪਣੀ। ਅੱਛਾ, ਹਾਂਜੀ ਇਹ ਹੈ ਕਿ ਚਲੋ ਉੱਥੇ ਰੌਣਕ ਮੇਲਾ ਨਹੀਂ, ਜਾਵਾਂਗੇ ਗੁਰੂ ਘਰ ਜਾਣਾ ਚਾਹੀਦਾ। ਠੀਕ ਆ, ਪਾਪਾ ਪਹਿਲਾਂ ਡੰਗਰ ਲੈ ਦਾਂਗੇ। ਅੱਛਾ, ਇਹ ਮਗਰੋਂ ਪਾ ਦੇਣਗੇ ਫਿਰ ਪਾਪਾ ਜੀ ਹੁਣੀ ਪਾ ਦੇਣਗੇ। ਠੀਕ ਆ, ਅਰਪਿਤ ਭਾਜੀ ਠੀਕ ਆ ਭਾਜੀ, ਦੱਸ ਦਿਓ ਜਿੰਨੇ ਵੀ ਹੈਗੀ ਜੈਸ ਨੋ ਹੀ ਕਰੀਏ ਫਿਰ। ਕਿੰਨੇ ਦੀ ਦੇ ਦਿਓ? ਆਪ ਹੀ ਕਰ ਦੋਗੇ?
85 ਦੀ ਦੇ ਦੋ 85 ਯਾਰ ਹੋਰ ਕਰ ਦੋਗੇ ਮਨ ਕਰ ਦੋ ਜਿਤਨਾ ਤੁਹਾਨੂੰ ਚੰਗਾ ਲੱਗਦਾ 83 ਦੀ ਫਿਰ ਜਸ ਨੂੰ ਕਰ ਦੀ 82 ਦੀ ਲਾਸ਼ ਦੇ ਦੀ ਅੱਛਾ ਬਾਕੀ ਭਾਈ ਕੱਟੀ 82,000 ਦੀ ਹਜੇ ਨਾ ਵੀਰ ਕੋਈ ਵੇਖੇ ਹਫਤੇ ਤੱਕ ਕੱਟੀ ਵੇਖੇ ਤੇ ਦੁੱਧ 13-14 ਕਿਲੋ ਦੀ ਆਪਣੀ ਗਰੰਟੀ ਉਹ ਝੋਲੀ ਠੀਕ ਹੈ ਜੀ ਚੋਇਆ ਚੋਇਆ ਆਪਣੇ ਹੱਥੀ ਚੋਈ ਝੋਲੀ ਬਾਕੀ ਆ ਕਿ ਤਿਆਰ ਚੰਗੀ ਹੋਣੀ ਥੱਲਿਓ ਤੇ ਸਾਂਭੀ ਸੁੰਭੀ ਵੀ ਚੰਗੀ ਆ ਵੀ ਐ ਇੱਕ ਰੰਗ ਕਾਲੀ ਆ ਥੋੜਾ ਡਰਦੀ ਆ ਪਰ ਸਾਡੇ ਤਾਂ ਖੁੱਲੀਆਂ ਰਹਿੰਦੀਆਂ ਐ ਭਾਜੀ ਉੱਥੇ ਠੀਕ ਆ ਹਾਂਜੀ ਖੁੱਲਾ ਹੀ ਸਾਰਾ ਮਾਲ ਤੇ ਉਹ ਡਰਦੀ ਆ ਉਦਾਂ ਹੀ ਠੀਕ ਆ ਹਾਂਜੀ ਠੀਕ ਹੈ ਤੇ ਹੁਣ ਇੱਕ ਆ ਸੂਈ ਸਵਾਈ ਜੀ ਹਾਂ ਇਹ ਪਰਸੋਂ ਦੀ ਛੋਟੀ ਛੋਟੀ ਸੂਈ ਭਾਜੀ ਹਰਮੀ ਦਾ ਤੇ ਬੱਚਾ ਕੀ ਵਿਧੀਆ ਤੇ ਮੇਰਾ ਨੀਲੀ ਦਾ ਵੀ ਦਾ ਪਿਓਰ ਕੱਟਾ ਜੀ ਆ ਕੱਟਾ ਜੀ ਨੀਲੀ ਦਾ ਇਹਦੇ ਮਗਰ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ ਨਹੀਂ ਹੱਲੇ ਤੇ 9 ਕਿਲੋ ਰੁਪਏ ਭਾਜੀ ਇਸ ਲਈ ਬੋਲਾ ਜੀ ਅੱਛਾ ਹਾਂ ਹੁਣ ਇਹ ਛੋਟੀ ਲਿਆ ਕੇ ਲਾਈ ਸੱਚਾ ਬੁਝੂ ਪਾਇਆ ਤੇ ਕਿੰਨੇ ਦਿਨ ਹੋਏ ਸੂਈ ਨਾ ਇਹ ਪਰਸੋਂ ਦੀ ਸੂਈ ਹੈ ਪਰਸੋਂ ਰਾਤ ਦੀ ਅੱਛਾ ਹਾਂਜੀ ਤੇ ਲੀਟਰ ਵਾਲਾ ਇਹਦੇ ਥਲੇ ਬੋਲਾ 9 ਕਿਲੋ ਅੱਛਾ ਹਾਂਜੀ ਤੇ 9 ਲੀਟਰ ਹੈਗਾ ਵਾ ਕਿੰਨਾ ਕੁ ਚਵਾਈ ਜਾਊਗੀ ਦੁੱਧ 11-12 ਕਿਲੋ ਦੀ ਝੋਟੀ ਚਾਹੂ ਨਸਲ ਦੀ ਹੈ ਝੋਟੀ ਚੌਗੀ ਮੂੰਹ ਆ ਤੋਰੋ ਹੈ ਕਰੀ ਨੂੰ ਫਿਰ ਮੂੰਹ ਵਿੱਚ ਆ ਲਾਂਦੇ ਆ ਦੰਦ ਚੈੱਕ ਕੀਤੇ ਤੁਸੀਂ ਦੰਦ ਮੈਂ ਕੀਤੇ ਤੁਹਾਨੂੰ ਵਿਖਾ ਵੀ ਦਿੰਦਾ ਥੋੜੇ ਮੂੰਹ ਮਰੋਂ ਤੋਂ ਥੋੜੇ ਅੱਜ ਮੈਂ ਵਿਖਾ ਦਿੰਦਾ ਮੂੰਹ ਤੋਂ ਥੋੜਾ ਕਰਦੀ ਕੋਈ ਵੀਰ ਜਿਹੜਾ ਲੱਲੂ ਸੌਦਾ ਕਰਕੇ ਦੰਦ ਚੈੱਕ ਕਰਕੇ ਫਿਰ ਕਰੇ ਠੀਕ ਆ ਬਿਲਕੁਲ ਕੰਪੈਕਟ ਜਿਹਾ ਹਵਾਨਾ ਇਹਦਾ ਤੇ ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਚੰਗਾ ਤੇ ਕਿੰਨਾ ਰੱਖਣਾ ਵਿਧੀ ਇਹਦਾ ਮੁੱਲ ਫਿਰ ਆਪਾਂ ਹਰਵੀ ਭਾਈ ਦਾ ਮੁੱਲ 75 ਜੀ ਅੱਛਾ ਹਾਂਜੀ ਕਿੰਨੇ ਦੀ ਦੇ ਦਈਏ 72 ਦੀ ਦੇ ਦਈਏ 72,000 ਦੀ ਕਿ ਪੂਰੇ 70 ਦੀ ਕਰ ਦਈਏ 70 ਦੀ ਕਰ ਦੋ ਛੋਟੀ ਬਾਕੀ ਚੰਗੀ ਬੜੀ ਭਾਈ ਛੋਟੀ ਠੀਕ ਆ ਹਾਂਜੀ ਬਹੁਤ ਸਫਾਈ ਆ ਛੋਟੀ ਬੰਦੀ ਬੜੀ ਆ ਸ਼ਾਮਾਂ ਨੂੰ ਪੂਰੀ ਤਣੀ ਹੁੰਦੀ ਆ ਠੀਕ ਆ ਜੀ ਤੇ ਹੁਣ ਇੱਕ ਆ ਤੁਕੜ ਗੱਬਣ ਆ ਗਈ ਹਾਂਜੀ ਤੁਕੜ ਇਹ ਕਿੰਨੇ ਜੱਦੀ ਚੱਕ ਪਾਸ ਚ ਇਹ ਭਾਈ 6 ਮਹੀਨੇ ਆਂਦੀ ਜੀ ਚੱਕ ਪਾਸ ਅੱਛਾ 6 ਮਹੀਨੇ ਦੀ ਚੱਕ ਪਾਸ ਆ ਹਾਂਜੀ ਹਾਂਜੀ ਤੇ ਕਿੰਨਾ ਹੀ ਦੁੱਧ ਹੈ ਦੇਖੋ ਇਹਦੇ ਕੋਲ ਦੁੱਧ ਭਾਜੀ 6 ਕਿਲੋ ਹੀ ਹੋਊਗਾ ਅੱਛਾ ਹਾਂਜੀ 6 ਲੀਟਰ ਹੈਗਾ ਹੈ 6 ਲੀਟਰ ਹੀ ਦੁੱਧ ਆ ਦੁੱਧ ਸੱਜਣ ਨੇ 14-15 ਕਿਲੋ ਚ ਆਇਆ ਜੀ ਤੋਰੋ ਹੈ ਕਰੀ ਨੂੰ ਤੋਰ ਦਨੇ ਭਾਈ ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਫਿਰ ਮੁੱਲ ਆਪਾਂ ਮੁੱਲ ਪਾ 65 ਕਰੀਏ ਬਾਹਰ 60 ਦੀ ਦੇ ਦਈਏ ਭਾਜੀ 60,000 ਦੀ ਵਿੱਚੋਂ ਕਰਨਾ ਮਨ ਤਾਂ ਹੋਰ 1000 ਛੱਡ ਦਈਏ ਅੱਛਾ ਚਲੋ 1000 ਹੋਰ ਛੱਡ ਦਈਏ ਫਿਰ ਚਲੋ ਕੋਈ ਨਹੀਂ ਭਾਜੀ 58 ਦੀ ਦੇਗਾ ਬਾਕੀ ਮੈਂ ਬੜੀ ਚੰਗੀ ਆ ਠੀਕ ਆ ਜੀ ਹਾਂਜੀ ਦੁੱਧ ਵਾਲੀ ਮੈਂ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਬਸ ਵੀਰ ਜੀ ਇਹੋ ਜੀ ਸੂਆ ਡੰਗਰ ਜਿਹੜਾ ਆਪਣੀ ਤਸਲੀ ਕਰਕੇ ਖੜੋ ਤੇ ਗੱਬਨ ਪਾਸ ਕਰਕੇ ਖੜੋ ਹਨਾ ਭਾਜੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸਲੀ ਕਰਕੇ ਆਪਣੀ ਸਮਝਣਾ ਵੇਸ ਚਾਹ ਕੇ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।